ਇੱਕ ਗੱਲ ਯਾਦ ਰੱਖਿਓ ਕਿ ਜਿਹੜਾ ਬੰਦਾ ਮਿਹਨਤੀ ਆ ਨਾ ਉਹਦੀ ਲੋਕ ਪਰਲੋਕ ਦੇ ਵਿੱਚ ਸਫਤ ਹੁੰਦੀ ਆ ਕੰਮਚੋਰ ਬੰਦੇ ਦੀ ਆਪਦੀ ਨਿਗਾਹ ਦੇ ਵਿੱਚ ਆਪਦੇ ਉਹਦੇ ਮਨ ਦੇ ਵਿੱਚ ਵੈਲਿਊ ਘਟ ਜਾਂਦੀ ਆ ਸਾਰੀ ਉਮਰ ਰੋਂਦਾ ਰਹਿੰਦਾ ਉਹ ਜਿਹੜੇ ਬੰਦੇ ਕੰਮ ਹੀ ਹੁੰਦੇ ਨੇ ਪੈਸਾ ਵੀ ਉਹਨਾਂ ਦੇ ਪਿੱਛੇ ਪਿੱਛੇ ਆਉਂਦਾ ਤੇ ਉਹ ਥੱਕਦੇ ਵੀ ਨਹੀਂ ਕਿਉਂਕਿ ਉਹਨਾਂ ਦੇ ਮਨ ਹੀ ਸਟਰੋਂਗ ਹੋ ਜਾਂਦੇ ਨੇ ਉਹ ਕੰਮ ਨੂੰ ਕੰਮ ਮੰਨਦੇ ਹੀ ਨਹੀਂ ਕਦੇ ਸਰੀਰ ਤਾਂ ਹੀ ਘਟਣ ਲੱਗਿਆ ਸਾਡੇ ਗਵੰਢੀਕ ਬਾਬਾ ਜੀ ਹੁੰਦੇ ਸੀਗੇ ਉਹ ਬਹੁਤ ਕੰਮ ਕਰਦੇ ਸੀ ਕਹਿੰਦੇ ਯਾਰ ਬਾਬਾ ਜੀ ਕੰਮ ਹੀ ਕਰਦੇ ਫਿਰ ਜਾਂਦੇ ਨੇ ਉਹ 105 ਸਾਲ ਦੇ ਹੋ ਕੇ ਡੈਥ ਹੋਈ ਆ ਹੱਡੀ ਬਣ ਗਈ ਦੀ ਸੁੱਕ ਕੇ ਕੰਮ ਕਰਨ ਨੂੰ ਨਹੀਂ ਹਟੇ। ਕਈ ਬੀਬੀਆਂ ਬਹੂਆਂ ਤੋਂ ਕੰਮ ਕਰਾਉਣ ਦੇ ਮਾਰੇ ਕਿ ਇਹ ਨਹੀਂ ਕਰਦੀਆਂ ਆਪ ਬਹਿ ਜਾਂਦੀ ਨੇ ਬਹਿ ਕੇ ਗੋਡੇ ਖਰਾਬ ਕਰ ਲੈਂਦੀਆਂ ਨੇ ਕਿਉਂਕਿ ਕਸਰਤ ਘਟ ਜਾਂਦੀ ਆ। ਕਈ ਬਹੂਆਂ ਨਹੀਂ ਕੰਮ ਕਰਦੀਆਂ ਕਿ ਸੱਸ ਨਹੀਂ ਕੰਮ ਕਰਦੀ ਉਹਨਾਂ ਦੇ ਸਰੀਰ ਫੈਟ ਹੋ ਜਾਂਦੇ ਨੇ ਕਿਉਂਕਿ ਇੱਕ ਦੂਜੇ ਵੱਲੇ ਦੇਖੀ ਜੇ ਨੇ ਇੱਕ ਦੂਜੇ ਤੋਂ ਆਪਾ ਲੈਣਾ ਕੀ ਆ। ਜੇ ਆਪਾਂ ਕਸਰਤ ਕਰਾਂਗੇ ਤਾਂ ਆਪਣੇ ਸਰੀਰੇ ਫਿੱਟ ਹੋਣਗੇ ਨਾ। ਆਪਾਂ ਨੂੰ ਦੂਜੇ ਦਾ ਕੀ ਮਤਲਬ? ਆਪਾਂ ਤਾਂ ਆਪਣਾ ਰੋਲ ਪਲੇ ਕਰਦੇ ਆ ਨਾ ਕਿਉਂਕਿ ਚੱਲਦਾ ਪਾਣੀ ਵਧੀਆ ਰਹਿੰਦਾ ਹੁੰਦਾ ਖੜ ਗੇ ਤਾਂ ਸਮਝ ਲਓ ਖੜ ਗੇ। ਜਦੋਂ ਮੈਂ ਕੈਨੇਡਾ ਦੇ ਵਿੱਚ ਉੱਥੇ ਜੂਨੀਅਨ ਦਾ ਕੰਮ ਸੀਗਾ ਉੱਥੇ ਜਿਹੜੀ ਜੌਬ ਸੀ ਉੱਥੇ ਬੱਖ-ਬੱਖ ਪਾਰਟਾਂ ਦੇ ਵਿੱਚ ਕਿਤੇ ਕੰਮ ਮੌਕਾ ਸੀ ਕਿਤੇ ਸੌਕਾ ਸੀ ਕਈ ਕੰਮਚੋਰ ਉੱਥੇ ਭੱਜ ਕੇ ਜਾ ਕੇ ਪਹਿਲਾਂ ਲੱਗ ਜਾਂਦੇ ਸੀ ਕਿ ਇੱਥੇ ਸੌਕਾ ਤੇ ਉਹ ਆਪਸ ਦੇ ਵਿੱਚ ਲੜੀ ਜਾਂਦੇ ਸੀ ਉੱਥੇ ਇੱਕ ਬੰਦਾ ਸੀ ਉਹ ਤੋਂ ਮੈਂ ਇੱਕ ਬਹੁਤ ਵਧੀਆ ਗੱਲ ਸਿੱਖੀ ਉਹਨਾਂ ਨੂੰ ਸਮਝਾਉਂਦਾ ਰਹਿੰਦਾ ਸੀ ਕਿ ਇਹਨਾਂ ਕਿਉਂ ਭਰਾਵੋ ਲੜੀ ਜਾਂਦੇ ਹੋ ਕਹਿੰਦਾ ਮੈਨੂੰ ਲਾ ਦੋ ਜਿੱਥੇ ਲਾਉਣਾ ਕਹਿੰਦਾ ਕੰਮੇ ਕਰਨਾ ਮੈਂ 100% ਸ਼ੋਰਾਂ ਇਹ ਉਹ ਬੰਦਾ ਜੇ ਉੱਥੇ ਜਿਆਦਾ ਸੁਪਰਵਾਈਜ਼ਰ ਹੋਊਗਾ ਜਾਂ ਮੈਨੇਜਰ ਹੋਊ ਜਾਂ ਹੋ ਸਕਦਾ ਮੈਨੇਜਰ ਤੋਂ ਵੀ ਉੱਤੇ ਹੋ ਕਿਉਂਕਿ ਉਹਦੀ ਸੋਚ ਦੀ ਕਹਿੰਦਾ ਮੇਰੇ ਕੋਲ ਲੜਨ ਲਈ ਇੰਨਾ ਟਾਈਮ ਨਹੀਂ ਹੈਗਾ ਕਹਿੰਦਾ ਆਪਣਾ ਕੰਮ ਦੇ ਧਿਆਨ ਦੋ ਤਾਂ ਕਰਕੇ ਸਰੀਰ ਮਿੱਟੀ ਤੋਂ ਬਣਿਆ ਮਿੱਟੀ ਹੋ ਜਾਣਾ ਇਹਨੂੰ ਸਾਫ-ਸੂਮ ਕੇ ਰੱਖਣ ਦੀ ਕੋਈ ਫਾਇਦਾ ਨਹੀਂ ਆਪਦੇ ਕੰਮ ਆਪ ਕਰੋ